ਚੱਲ ਪਿਆ ਚੱਲ ਪਿਆ ਨੀਤੀਆਂ ਦੇਖ ਲਓ, ਸਰਕਾਰਾਂ ਦੇਖ ਲਓ, ਇਹ ਤਾਂ ਜਮੀ ਯਾਰ ਸਰਕਾਰਾਂ ਕਿੰਨਾ ਧੱਕਾ ਕਰ ਰਹੀਆਂ। ਕੱਲ੍ਹ ਚੰਡੀਗੜ੍ਹ ਪੁਲਿਸ ਨੇ ਲੱਖੇ ਸਿਧਾਣੇ 'ਤੇ ਪਰਚਾ ਪਾ ਦਿੱਤਾ, ਹਾਲਾਂਕਿ ਉੱਥੇ ਸਾਡੇ ਸਤਿਕਾਰਯੋਗ ਆਗੂ ਸੰਯੁਕਤ ਮੋਰਚੇ ਦੇ ਸਾਰੇ ਕਿਸਾਨ ਆਗੂ ਉੱਥੇ ਮੌਜੂਦ ਸੀ, ਹਜ਼ਾਰਾਂ ਕਿਸਾਨ ਸੀ ਉੱਥੇ, ਹਜ਼ਾਰਾਂ ਟਰੈਕਟਰ ਸੀ, ਬਹੁਤ ਵੱਡਾ ਇਕੱਠ ਸੀ, ਸਾਰਿਆਂ ਨੇ ਦੇਖਿਆ। ਪਰ ਇੱਕ ਗੱਲ ਤੁਸੀਂ ਨੋਟ ਕਰ ਲਓ ਵੀ ਲੱਖੇ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਯਾਰ। ਜੇ ਲੱਖਾ ਤੁਹਾਨੂੰ ਇੰਨਾ ਹੀ ਬੁਰਾ ਲੱਗਦਾ, ਲੱਖੇ ਦਾ ਗੋਲੀ ਮਾਰ ਦਿਓ ਯਾਰ। ਜੇ ਲੱਖਾ ਤੁਹਾਨੂੰ ਬੁਰਾ ਲੱਗਦਾ ਨਾ, ਲੋਕਾਂ ਲਈ ਲੜਦਾ ਬੁਰਾ ਲੱਗਦਾ, ਸਰਕਾਰਾਂ ਦੇ ਅੱਖਾਂ 'ਚ ਰੜਕਦਾ, ਲੱਖੇ ਦਾ ਕੰਮ ਨਿਬੇੜੋ ਯਾਰ। ਲੱਖੇ ਦਾ ਗੋਲੀ ਮਾਰੋ, ਵਾਰ ਵਾਰ ਉਹਨੂੰ ਮਾਰਦਾ ਕਰ, ਉਹਨੂੰ ਵਾਰ ਵਾਰ ਕਿਉਂ ਤੰਗ ਪਰੇਸ਼ਾਨ ਕਰਦੇ ਹੋ ਯਾਰ। ਸਿੱਧਾ ਮੈਂ ਤਾਂ ਤੁਹਾਨੂੰ ਇਹ ਕਹਿਣਾ ਗਾ ਵੀ ਜੇ ਲੱਖਾ ਸੈਂਟਰ ਦੀ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ, ਚੰਡੀਗੜ੍ਹ ਪੁਲਿਸ ਨੂੰ, ਜਿਹਨੂੰ ਵੀ ਬੁਰਾ ਲੱਗਦਾ, ਸਿੱਧਾ ਗੋਲੀ ਮਾਰੋ, ਲੱਖੇ ਦਾ ਕੰਮ ਨਿਬੇੜੋ। ਨਹੀਂ, ਲੱਖੇ ਨੇ ਸਰਕਾਰਾਂ ਦਾ ਖਹਿੜਾ ਛੱਡਣਾ ਨਹੀਂ। ਗੋਲੀ ਕਿਉਂ ਮਾਰੋ? ਵਾਰ ਵਾਰ ਉਹ 'ਤੇ ਪਰਚੇ ਦਰਜ ਕਰ ਰਹੇ ਹੋ, ਫਿਰ ਤੁਸੀਂ ਕਹਿੰਦੇ ਪੇਸ਼ ਨਹੀਂ ਹੁੰਦਾ, ਜਦੋਂ ਪੇਸ਼ ਹੋ ਜਾਂਦਾ ਫਿਰ ਕਹਿੰਦੇ ਕਿਉਂ ਹੋ ਗਿਆ, ਤੁਸੀਂ ਉਹਦਾ ਖਹਿੜਾ ਛੱਡਦੇ ਨਹੀਂ। ਕੱਲ੍ਹ ਸਾਡੀ ਮਾਣਯੋਗ ਅਦਾਲਤ ਨੇ ਦਿੱਲੀ ਤੋਂ, ਕੱਲ੍ਹ ਸਾਡੀ ਮਾਣਯੋਗ ਅਦਾਲਤ ਨੇ ਲੱਖੇ ਨੂੰ ਇੱਕ ਰਾਹਤ ਦੀ ਖਬਰ ਦਿੱਤੀ ਸੀ, ਕਹਿੰਦੇ ਤੇਰੀ ਗ੍ਰਿਫਤਾਰੀ ਨਹੀਂ ਹੁੰਦੀ। ਕੱਲ੍ਹ ਹੀ ਆਈ ਸੀ, ਸਿਰਫ 3 ਜੁਲਾਈ ਤੱਕ। ਕੱਲ੍ਹ ਸਾਡੀ ਮਾਣਯੋਗ ਅਦਾਲਤ ਉਹਦਾ ਅਸੀਂ ਸਤਿਕਾਰ ਕਰਦੇ ਹਾਂ, 3 ਜੁਲਾਈ ਤੱਕ ਉਹਨੇ ਇੱਕ ਰਾਹਤ ਦੀ ਖਬਰ ਦਿੱਤੀ ਸੀ ਅਦਾਲਤ ਨੇ, ਸਾਡੇ ਜੱਜ ਸਾਹਿਬਾਨ ਨੇ ਅਦਾਲਤ ਨੇ ਇੱਕ ਇਹ ਕਿਹਾ ਸੀਗਾ ਵੀ ਭਾਈ ਅਸੀਂ ਲੱਖੇ ਦੀ 3 ਤਰੀਕ ਤੱਕ ਗ੍ਰਿਫਤਾਰੀ ਨਹੀਂ ਕਰਦੇ। ਉਹ ਪਰ ਭਰਾਵੋ, ਲੱਖੇ ਨੂੰ ਬਚਾਵੋਗੇ ਕਿੱਥੇ? ਉਹ ਉੱਠ ਖੜੋ ਪੰਜਾਬ ਵਾਲੇ, ਲੱਖਾ ਮਾਰਿਆ ਗਿਆ, ਜਮਾਂ ਖਤਮ ਕਰ ਦੇਣਗੇ ਲੱਖੇ ਨੂੰ ਯਾਰ। ਐਡਾ ਟਾਰਗੇਟ ਯਾਰ, ਤੁਸੀਂ ਆਪ ਦੇਖ ਲਓ ਯਾਰ। ਕੱਲ੍ਹ ਸਾਰੇ ਸਾਡੇ ਸਤਿਕਾਰ, ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਨਾ ਹੀ ਮੈਂ ਕਹਿੰਦਾ ਵੀ ਸਾਡੇ ਸੰਯੁਕਤ ਮੋਰਚੇ ਦੇ ਜਿਹੜੇ ਕਿਸਾਨ ਆਗੂ ਆ, ਰਾਜਾਲ ਵਰਗੇ ਜਾਂ ਸੁਰਜੀਤ ਫੂਲ ਵਰਗੇ, ਵੀ ਉਹਨਾਂ ਦੇ ਪਰਚਾ ਹੋਵੇ, ਕਿਉਂਕਿ ਉਹ ਸਾਡੇ ਆਗੂ ਆ, ਸਾਡੇ ਹੱਕਾਂ ਲਈ ਲੜ ਰਹੇ ਆ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਗੱਲ ਇਹ ਆ ਵੀ ਉਹ ਵੀ ਸਾਰੇ ਉੱਥੇ ਮੌਜੂਦ ਸੀ, ਹੋਰ ਹਜ਼ਾਰਾਂ ਕਿਸਾਨ, ਹਜ਼ਾਰਾਂ ਟਰੈਕਟਰ ਹੋਰ ਸੀ ਉੱਥੇ, ਬੈਰੀਗੇਡ 'ਤੇ। ਮੈਨੂੰ ਤਾਂ ਲੱਗਦਾ ਯਾਰ, ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਲੱਖਾ ਕਿਤੇ ਬੈਰੀਗੇਡ 'ਤੇ ਵੀ ਨਹੀਂ ਗਿਆ, ਉਹਦੀ ਵੀਡੀਓ ਦਿਖਾ ਦਿਓ। ਉਹ ਤਾਂ ਕਿਸਾਨ ਆਗੂਆਂ ਦੀ ਕੌਲ ਸੀ, ਕਿਸਾਨ ਆਗੂ ਮੂਹਰੇ ਸੀ, ਉਹ ਪਿੱਛੇ ਸੀ, ਸੰਯੁਕਤ ਮੋਰਚੇ ਦੇ ਕਿਸਾਨ ਆਗੂ ਮੂਹਰੇ ਸੀ, ਉਹ ਲੱਖਾ ਪਿੱਛੇ ਸੀ। ਪਰ ਵਾਰ ਵਾਰ ਉਹਨੂੰ ਤੰਗ ਕਰਨਾ, ਉਹਦੇ 'ਤੇ ਪਰਚਾ ਕਰਨਾ, ਕੀ ਚੱਕਰ ਆ ਯਾਰ? ਉਹ ਸਾਰਾ ਪੰਜਾਬ ਖੜਾ ਹੋ ਜਾਓ ਜੇ ਲੱਖੇ ਨੂੰ ਬਚਾਉਣਾ, ਨਹੀਂ ਲੱਖੇ ਨੂੰ ਖਤਮ ਕਰ ਦੇਣਗੇ। ਰੋਜ਼ ਪਰਚਾ, ਇੰਨਾ ਧੱਕਾ ਯਾਰ ਲੱਖੇ ਨਾਲ। ਲੱਖੇ ਕਿਉਂ ਟਾਰਗੇਟ ਕੀਤਾ ਜਾਂਦਾ ਯਾਰ? ਪਿੰਡਾਂ 'ਚ ਉਹਦਾ ਪ੍ਰੋਗਰਾਮ ਨਹੀਂ ਹੋਣ ਦਿੰਦੇ। ਪਹਿਲਾਂ ਤੁਸੀਂ ਜਿੰਨਾ ਚਿਰ ਲਾਈਵ ਚੱਲਦਾ, ਪਹਿਲਾਂ ਇੱਕ ਗੱਲ ਸੁਣ ਲਓ ਵੀ ਲੱਖੇ ਨੂੰ ਸਰਕਾਰਾਂ ਬਖਸ਼ਣੀਆਂ ਕਿੱਥੇ ਆ? ਪਿੰਡਾਂ 'ਚ ਉਹਦੇ ਨਹੀਂ ਪ੍ਰੋਗਰਾਮ ਹੋਣ ਦਿੰਦੇ, ਦਿੱਲੀ ਉਹਨੂੰ ਨਹੀਂ ਜਾਣ ਦਿੰਦੇ। ਉਹ ਭਰਾਵੋ, ਜਿੰਨੇ ਬੰਦੇ ਦੇਖਦੇ ਆ, ਖਿੱਚ ਕੇ ਸ਼ੇਅਰ ਕਰ ਦਿਓ। ਜੇ ਲੱਖਾ ਤੁਹਾਨੂੰ ਸੱਚਿਓ ਲੱਗਦਾ ਵੀ ਪੰਜਾਬ ਬਚਾਊਗਾ, ਠੀਕ ਆ ਭਰਾਵੋ, ਹਰ ਟਾਈਮ ਲੋਕਾਂ ਦਾ ਦੁੱਖ ਦਰਦ ਚੱਕੀ ਫਿਰਦਾ, ਪਾਣੀਆਂ ਪਿੱਛੇ ਲੜਦਾ ਫਿਰਦਾ, ਬੋਲੀ ਪਿੱਛੇ ਲੜਦਾ ਫਿਰਦਾ, ਲੱਖੇ ਨੇ ਕੀ ਨਹੀਂ ਕੀਤਾ ਯਾਰ? ਅੱਜ 7-8 ਸਾਲ ਹੋ ਗਏ, ਪੰਜਾਬੀ ਮਾਂ ਬੋਲੀ 1 ਨੰਬਰ 'ਤੇ ਲਿਆਉਂਦੀ। ਲੱਖੇ ਦਾ ਮੈਨੂੰ ਇੱਕ ਕਸੂਰ ਦੱਸ ਦਿਓ, ਕਦੇ ਵੀ ਉਹ ਕਿਸਾਨ ਆਗੂਆਂ ਨੂੰ ਗਲਤ ਬੋਲਿਆ ਹੋਵੇ, ਕਿਸਾਨ ਆਗੂਆਂ ਦੀ ਕਾਲ ਤੋਂ ਬਿਨਾਂ ਗਿਆ ਹੋਵੇ? ਉਹ ਭਰਾਵੋ, ਲੱਖਾ 24 ਘੰਟੇ ਭੱਜਿਆ ਫਿਰਦਾ ਉਹ ਪੰਜਾਬ ਬਚਾਉਣ ਲਈ ਦਿਨ ਰਾਤ। ਉਹ ਖੜ ਜਾਓ ਲੱਖੇ ਨਾਲ, ਉਹ ਪੰਜਾਬ ਵਾਲਿਓ, ਧੱਕੇ ਨਾਲ ਪਰਚੇ ਹੋ ਰਿਹਾ, ਚੰਡੀਗੜ੍ਹ ਪੁਲਿਸ ਨੇ ਧੱਕੇ ਨਾਲ ਪਰਚਾ ਕਰਤਾ। ਇੱਕ ਪਾਸੋਂ ਰਾਹਤ ਮਿਲੀ ਸਾਡੀ ਮਾਣਯੋਗ ਅਦਾਲਤ ਨੇ ਦਿੱਤੀ ਦਿੱਲੀ ਵਾਲਿਆਂ ਨੇ ਵੀ ਲੱਖੇ ਦੀ 3 ਤਰੀਕ ਤੱਕ ਗ੍ਰਿਫਤਾਰੀ ਨਹੀਂ ਹੁੰਦੀ, ਇਹਨਾਂ ਨੇ ਪਰਚਾ ਕਰਤਾ। ਮਹੀਨੇ 'ਚ 30 ਦਿਨ ਹੁੰਦੇ ਆ, 30 ਦਿਨ 30 ਦਿਨਾਂ 'ਚੋਂ 25 ਤਾਂ ਮਾਂ ਬੋਲੀ ਦੇ ਪਰਚੇ ਉਹਦੇ 'ਤੇ, 6-7 ਪਾਣੀਆਂ ਦੇ ਪਏ ਪਿਆ। ਉਹ ਘਰੇ ਕਿਹੜੇ ਟਾਈਮ ਰਹੂ ਯਾਰ? 1 ਮਹੀਨੇ 'ਚ ਤਾਂ ਫਿਰ ਉਹਦੀ ਰੋਜ਼ ਤਰੀਕ ਆਇਆ ਕਰੂ। ਇੱਕ ਆ ਕਿਸਾਨਾਂ ਦੇ ਤੁਸੀਂ ਦੱਬੀ ਜਾਂਦੇ, ਕਿਸਾਨਾਂ ਦੇ ਜਿੱਦੇ ਨਾਲ ਕਿਸਾਨਾਂ ਦਾ ਅੰਦੋਲਨ ਚੱਲਿਆ, ਹਾਲਾਂਕਿ ਮੈਨੂੰ ਐਂ ਲੱਗਦਾ ਵੀ ਹੋਰਾਂ 'ਤੇ ਇੱਕ ਇੱਕ ਪਰਚਾ ਪਿਆ ਹੋਊ। ਪਰ ਲੱਖੇ ਨੂੰ ਦੱਬੀ ਆਉਂਦੇ, ਲੱਖੇ ਦੇ ਹੁਣ ਤੱਕ 2-3 ਤਾਂ ਦਿੱਲੀ ਪੁਲਿਸ ਨੇ ਪਰਚੇ ਕਰਤੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਅੱਡ ਯਾਰ ਦੱਬੀ ਤੁਰੇ ਆਉਂਦੇ ਯਾਰ। ਕੀ ਕੀ ਕਰੀ ਜਾਂਦੇ ਹੋ ਯਾਰ? ਪੰਜਾਬ ਬਚਾਊ ਕੌਣ ਆ?
ਜਿਹੜਾ ਬੰਦਾ ਮਾੜਾ ਜਿਹਾ ਪੰਜ ਬੋਲਦਾ ਗਾ ਉਹਦੇ ਚੱਕ ਕੇ ਪਰਚਾ ਕਰ ਦਿੰਦੇ ਹੋ, ਫਿਰ ਤੁਸੀਂ ਕਹਿ ਦਿੰਦੇ ਹੋ ਕੱਟੀ ਯਾਰ ਫੋਨ ਬਾਈ ਨੂੰ ਫੜਾਈ, ਉਹ ਯਾਰ ਬਾਈ ਨੂੰ ਫੜਾ ਦੇਣਾ ਫਿਰ ਸਿੱਧਾ ਰੱਖ ਕੇ, ਫਿਰ ਤੁਸੀਂ ਕਹਿ ਦਿੰਦੇ ਹੋ ਵੀ ਯਾਰ, ਫਿਰ ਤੁਸੀਂ ਕਹਿ ਦਿੰਦੇ ਵੀ ਸਾਡੇ ਲਈ ਕੋਈ ਬੋਲਦਾ ਨਹੀਂ, ਉਹ ਕੌਣ ਬੋਲੇ ਤੁਹਾਡੇ ਲਈ, ਮੈਨੂੰ ਇਹ ਗੱਲ ਦੱਸ ਦਿਓ ਤੁਹਾਡੇ ਲਈ ਬੋਲੇ ਕੌਣ? ਉਹ ਯਾਰ ਭਰਾਵੋ ਜਿਹੜਾ ਮਾੜੀ ਬਾਤ ਚੱਕਦਾ ਪਰਚਾ ਕਰ ਦਿੰਦੇ ਆ, ਫਿਰ ਮੇਰੀ ਗੱਲ ਸੁਣ, ਪੰਜਾਬ ਬਚੂ ਕਿਵੇਂ? ਉਹ ਭਰਾਵੋ ਹੱਥ ਜੋੜ ਕੇ ਬੇਨਤੀ ਕਰਦਾ ਖੜ ਜਾਓ ਲੱਖੇ ਦੇ ਨਾਲ, ਨਹੀਂ ਸਰਕਾਰਾਂ ਨੂੰ ਕਹਿਣਾ ਮੈਂ ਦਿੱਲੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ, ਜੇ ਲੱਖਾ ਹਟਦੇ ਨਹੀਂ ਯਾਰ ਲੋਕਾਂ ਲਈ ਲੜਨ, ਲੱਖਾ ਹਟਦੇ ਨਹੀਂ ਲੋਕਾਂ ਦਾ ਬਚਾਅ ਕਰਨ, ਲੋਕਾਂ ਦਾ ਭਲਾ ਕਰਨ, ਤਾਂ ਲੱਖੇ ਦੇ ਗੋਲੀ ਮਾਰ ਦਿਓ। ਉਹ ਇਸ ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ, ਦਰਖਤ ਲਾਉਣ ਵਾਲਾ ਹੈ, ਲੱਖਾਂ ਦਰਖਤ ਲਾ ਤੇ ਪੰਜਾਬ ਤੇ ਕਿਹੜੇ ਪਾਸਿਓਂ ਪਿੱਛੇ ਹਟਦਾ ਯਾਰ, ਕੁੜੀਆਂ ਦੇ ਘਰ ਵਸਾਈ ਜਾਂਦਾ, ਉਹ ਕਿਉਂ ਉਹਨੂੰ ਵਾਰ ਵਾਰ ਟਾਰਗੇਟ ਕਰੀ ਜਾਂਦੇ ਹੋ? ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਸਾਰਾ ਪੰਜਾਬ ਲੱਖੇ ਨਾਲ ਖੜੋ। ਧੰਨਵਾਦ ਜੀ।